ਉਹ ਬੀਬੀਆਂ ਦੀ ਜਿਹੜੇ ਵੀ ਖਾਕੀ ਬੰਦੇ ਸੈਦਾ ਦੇ ਅਜ਼ਮਤ ਦੇ ਐਵੇਂ ਹੈਰਾਨ ਹੁੰਦੇ ਨੇ। ਮੈਨੂੰ ਕੁਰਾਨ ਦੀ ਕਸਮੇ ਦਿਲ ਦਿਲ ਚਲੀ ਵਸਦਾ ਹੈ। ਬੋਲੇ ਉਹ ਬੰਦਾ, ਉਹ ਬੰਦੇ ਦੀ ਛੁੱਟੀ ਮਿੰਨਤ ਵਾਲੀ ਗੱਲ ਨੀ ਕੋਈ ਨੀ। ਮੈਂ ਨਹੀਂ ਕਿਹਾ ਤਾਂ ਸ਼ੈਖ ਜ਼ਾਦੀ ਹੈ, ਜਿਹੜੇ ਵੀ ਖਾਕੀ ਬੰਦੇ ਸੈਯਦਾਂ ਦੀ ਅਜ਼ਮਤ ਤੇ ਐਵੇਂ ਹੈਰਾਨ ਹੁੰਦੇ ਨੇ। ਫਿਰ ਜਿਹੜਾ ਤਾਰਕ ਪੇਸ਼ ਕੀਤੇ ਮਤ ਵੀ ਸਰ ਜਾਣਾ। ਸਲਾਮ ਕਰਦਾ ਹੈ ਕੌਣ ਵਾਲੇ ਭਾਈ, ਥੋੜੀ ਆਵਾਜ਼ ਖੋਲਣਾ। ਜਿਹੜੇ ਵੀ ਬੰਦੇ ਅਲੀਲ ਵਲੀ ਲੱਭਦਾ ਮੈਂ ਬੋਲੇ ਨਾ ਸੈਣ ਫਿਜ਼ਾ ਕਿਉਂ ਤੈਨੂੰ ਦੱਸਾਂ, ਇਹ ਸੈਯਦ ਕੇ ਸ਼ਾਮ ਕੇ ਸਿਜਦ ਮਾਲਕ ਹੈ। ਸੈਯਦਾਂ ਦੀਆਂ ਜੁੱਤੀਆਂ ਨਾਲੋਂ ਨੀਵੇਂ ਅਸਮਾਨ ਹੁੰਦੇ। ਇਹ ਯਾਰ ਮੇਰੀ ਕੌਮ ਦਾ ਭਾਈ, ਇਹ ਹੱਥ ਕਿਸੇ ਕੰਮੀ ਦਾ ਮੁਹਤਾਜ ਨਾ ਹੋਵੇ। ਮਾਲਕ ਜ਼ਿੰਦਗੀ ਦੇ ਰਾਜ ਫਰਮਾਵੇਂ। ਲੋ ਅੱਜ ਮੇਰਾ ਦਿਲ ਕਰਦੇ, ਤੁਸੀਂ ਸੁਣਦੇ ਹੀ ਏਡਾ ਸੋਹਣਾ ਪਏ ਹੋ ਕੁਰਾਨ ਦੀ ਕਸਮ, ਬਗੈਰ ਪੁਰਾਣ ਦੀ ਸਕੂਨ ਆ ਸਰ ਤੁਹਾਡੀ ਜ਼ਿੰਦਗੀ ਦੇ ਰਾਜ ਹੋਵੇ। ਜਿਹੜੇ ਵੀ ਖਾਤੀ ਬੰਦੇ ਸੈਯਦਾਂ ਦੀ ਅਜ਼ਮਤ ਤੇ ਲੁੱਤ ਸਾਰੇ ਮਹਿਬੂਬ ਸੁਣੋ ਤੇ ਜ਼ਿਆਦਾ ਲੁੱਤ ਸਾਣਾ, ਐਵੇਂ ਹੈਰਾਨ ਹੁੰਦੇ ਨੇ। ਜੇ ਮੇਰੇ ਕੋਲੋਂ ਪੁੱਛੋ, ਫਿਜ਼ਾ ਆਖਿਆ, ਜੇ ਮੇਰੇ ਕੋਲੋਂ ਪੁੱਛੋ ਸੈਯਦਾਂ ਦੀਆਂ ਜੁੱਤੀਆਂ ਨਾਲ ਨੀਵੇਂ ਬੋਲੇਗਾ ਜੀ ਦਾ ਨੌਕਰ, ਨੀਵੇਂ ਅਸਮਾਨ ਹੁੰਦੇ ਨੇ। ਔਰ ਤਕਦਮਾਂ ਦੇ ਹੱਥ ਲਾਇਆ ਮਲਕਾ, ਅਸੀਂ ਤੁਹਾਡੇ ਤੇ ਜਿਹੜਾ ਸਵਾਲ ਕਰਦੀਆਂ ਤੁਸੀਂ ਜਵਾਬ ਕੁਰਾਨ ਚ ਦਿੰਦੇ ਹੋ। ਸੈਣ ਫਿਜ਼ਾ ਮੁਸਕਰਾਏ, ਇਹਨਾਂ ਔਰਤਾਂ ਦੇ ਬਾਅਦ ਦੇਖ ਕੇ ਅੰਦਰ, ਮੈਂ ਆਪਣੀ ਇੱਜ਼ਤ ਦੇ ਭਰ ਕੇ ਆਪੇ ਕੀ ਫੋਲਾ, ਜਿੰਨਾ ਵਿੱਚ ਪਾਉਂਦੀਆਂ ਸਾਰੇ ਕੁਰਾਨ ਹੁੰਦੇ ਨੇ। ਸ਼ਾਬਾਸ਼, ਅਲੀ ਹੱਕ, ਅਲੀ ਹੱਕ, ਅਲੀ ਹੱਕ। ਮੈਂ ਬੋਲਾ ਜਿੰਨਾ ਵਿੱਚ ਮੇਰਾ
ਪਹਦੀਆਂ ਜਿੰਨਾ ਵਿੱਚ ਪਹਦੀਆਂ ਸਾਰੇ ਕੁਰਾਨ ਹੋਵੇ ਜੇ ਮੇਰੇ ਕੋਲੋਂ ਪੁੱਛੋ ਸੈਯਦਾਂ ਦੀਆਂ ਜੁੱਤੀਆਂ ਨਾਲੋਂ ਨੀਵੇਂ ਆਸਮਾਨ ਹੁੰਦੇ ਨੇ। ਮਾਲਿਕ ਜ਼ਿੰਦਗੀ ਦੇ ਰਾਤ ਫਰਮਾਵਣ ਹੱਜ ਦਾ ਮਹੀਨਾ ਤੇਰੇ ਤੇ ਮੇਰੇ ਚੌਥੇ ਇਮਾਮ ਸਰਕਾਰੀ ਇਮਾਮ ਜ਼ੈਨੁਲ ਆਬਦੀਨ ਬਾਦਸ਼ਾਹ ਅੱਲਾਹ ਸੱਲੇਲਾ ਛੇ ਮਿੰਟਾਂ ਵੱਡਾ ਪੜ੍ਹ ਲਗਾ ਕੁਰਾਨ ਦੀ ਕਸਮ ਇਸ ਨੌਕਰ ਵਾਸਤੇ ਦੁਆ ਕਰੇ ਹਰ ਸਦਾ। ਅੱਜ ਦਾ ਮਹੀਨਾ ਇੱਕ ਬੜਾ ਤੇਜ਼ ਜਿਹਾ ਬੰਦਾ ਇਹ ਗੱਲਾਂ ਸੁਣਨ ਵਾਲੀਆਂ ਭਾਈ ਜਾਨ ਇੱਕ ਬੜਾ ਤੇਜ਼ ਜਿਹਾ ਬੰਦਾ ਤੇਜ਼ੀਆਂ ਕਰਦਾ ਹੋਇਆ ਸੱਜੇ ਪਾਸੇ ਸਰਕਾਰ ਅੱਜ ਹੱਜ ਤੇ ਬੜਾ ਰਸ਼ ਚਿਹਰੇ ਤੇ ਹੱਥ ਫੇਰ ਸਰਕਾਰ ਜੋ ਪਹਿਲੇ ਵੇਖੇ ਹੁਣ ਨਜ਼ਰ ਨੀ ਆ ਰਿਹਾ ਸਰਕਾਰ ਜੋ ਪਹਿਲੇ ਵੇਖੇ ਬਾਰ ਬਾਰ ਆ ਰਹੇ ਸਹੀਦਾਂ ਦੀ ਜੁੱਤੀਆਂ ਨਾਲੋਂ ਨੀਵੇ ਮਾਲਿਕ ਤੋਂ ਨਜ਼ਰ ਆਉਂਦੇ ਬਾਰ ਬਾਰ ਆ ਰਹੇ ਨੀਵੇ ਸਮਾਨ ਆਉਂਦੇ ਨੇ ਸਰਕਾਰ ਜੋ ਪਹਿਲੇ ਵਿੱਚ ਹੁਣ ਨਜ਼ਰ ਹੀ ਨਹੀਂ ਆ ਰਿਹਾ ਸਰਕਾਰ ਮੁਸਕਰਾਏ ਬਾਰ ਬਾਰ ਆ ਰਹੇ ਆਸਮਾਨ ਹੁੰਦੇ ਨੇ ਰੱਤ ਦੇ ਨਚਰੇਲ ਆਸਮਾਨ ਹੁੰਦੇ ਨੇ ਸਰਕਾਰ ਜੋ ਪਹਿਲੇ ਵਿੱਚ ਹੁਣ ਨਜ਼ਰ ਨਹੀਂ ਆ ਰਿਹਾ ਸਰਕਾਰ ਮੁਸਕਰਾਏ ਇਸ ਬੰਦੇ ਦੇ ਬਾਅਦ ਲੈ ਕੇ ਬੈਠਦੇ ਨੇ ਤੇਰੀਆਂ ਨਜ਼ਰਾਂ ਤੋਂ ਮੈਂ ਜਿਹੜਾ ਪਰਦਾ ਛਾਇਆ ਏ ਤੇਰੀਆਂ ਨਜ਼ਰਾਂ ਤੋਂ ਮੈਂ ਜਿਹੜਾ ਚੌਥੇ ਇਮਾਮ ਦਾ ਲੰਗਰ ਖਾ ਕੇ ਬੋਲੇਗਾ ਸ਼ਾਬਾਸ਼।